ਸੂਬੇ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਕਰਫਿਊ ਲੱਗਾ ਹੋਇਆ ਹੈ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਰੋਜ਼ਮਰ੍ਹਾ ਦਾ ਕੰਮਕਾਜ ਠੱਪ ਹੋ ਚੁੱਕਿਆ ਹੈ। ਉੱਥੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਰੱਬ ਦਾ ਰੂਪ ਧਾਰਨ ਕਰਕੇ ਕਈ ਲੋਕ ਵੀ ਸਾਹਮਣੇ ਆ ਰਹੇ ਨੇ। ਜ਼ਿਕਰੇ ਖਾਸ ਹੈ ਕਿ ਪੰਜਾਬ ਦੇ ਵਿੱਚ ਪਿਛਲੇ 12 ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ, ਜਿਸ ਕਾਰਨ ਰੋਜ਼ਮਰ੍ਹਾ ਦਾ ਕੰਮ ਕਰਨ ਵਾਲੇ ਲੋਕਾਂ ਦੇ ਲਈ ਕਾਫ਼ੀ ਪਰੇਸ਼ਾਨੀ ਖੜੀ ਹੋ ਗਈ ਹੈ। ਲੋਕਾਂ ਦੇ ਘਰਾਂ ਵਿੱਚ ਰਾਸ਼ਨ ਖਤਮ ਹੋਣ ਲੱਗ ਪਿਆ ਹੈ। ਅਜਿਹੇ ਦੇ ਵਿੱਚ ਕਈ NGO ਰਾਸ਼ਨ ਸਮੱਗਰੀ ਵੰਡਣ ਦੇ ਵਿੱਚ ਲੱਗੇ ਹੋਏ ਨੇ। ਅਜਿਹੀ ਮੁਸ਼ਕਲ ਦੀ ਘੜੀ ਦੇ ਵਿੱਚ ਹਰਭਜਨ ਸਿੰਘ ਭੱਜੀ ਦੀ ਟੀਮ ਵੀ ਨਿਕਲ ਪਈ ਹੈ ਲੋਕਾਂ ਦੀ ਮਦਦ ਕਰਨ ਦੇ ਲਈ। ਜੀ ਹਾਂ, ਉਹਨਾਂ ਦੀ ਟੀਮ ਨੇ ਵੀ ਲੋਕਾਂ ਦਾ ਹੱਥ ਫੜਿਆ ਹੈ। ਡਰਾਮਾ ਮੰਡੀ ਦੇ ਵਿੱਚ ਸਲਮ ਇਲਾਕੇ ਦੇ ਵਿੱਚ 200 ਦੇ ਕਰੀਬ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਵੰਡੀਆਂ ਗਈਆਂ ਨੇ। ਜ਼ਿਕਰੇ ਖਾਸ ਹੈ ਕਿ ਭੱਜੀ ਨੇ ਆਪਣੀ ਟੀਮ ਨੂੰ ਮੁੰਬਈ ਤੋਂ ਹੀ ਨਿਰਦੇਸ਼ ਦਿੱਤੇ ਕਿ ਉਹ ਜਲੰਧਰ ਦੇ ਹਰ ਉਸ ਘਰ ਵਿੱਚ ਰਾਸ਼ਨ ਪਹੁੰਚਾਉਣ ਜਿੱਥੇ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਹੈ। ਇਹ ਬ੍ਰਦਰ ਅੱਜ ਨਹੀਂ ਆਇਆ, 3 ਦਿਨ ਦਾ ਇਹ ਚੱਲਦਾ ਪਿਆ ਕੰਮ। ਉਹਨਾਂ ਦੇ ਦਿਮਾਗ 'ਚ ਆਇਆ ਕਿ ਇਸ ਵੇਲੇ ਮੈਂ ਇਹਨਾਂ ਦੀ ਪੂਅਰ ਪੀਪਲ ਦੀ ਹਾਓ ਆਈ ਕੈਨ ਹੈਲਪ ਦੈਮ ਇਮੀਜੀਏਟਲੀ। ਤੋ ਮੈਨੇ ਕਿਹਾ ਜੀ ਇਮੀਜੀਏਟਲੀ ਤਾਂ ਭੁੱਖ ਹੈ, ਉਨਕੋ ਵੋ ਜ਼ਰੂਰਤ ਹੈ, ਵੀ ਇਮੀਜੀਏਟਲੀ ਵੋ ਦੇਣੇ। ਦੈਨ ਹੀ ਡਿਸਾਈਡਿਡ ਕਿ 5,000 ਪੈਕਟ ਅਰਾਊਂਡ ਕੋਸਟ 25 ਲੱਖ ਰੁਪੀਜ਼ ਇਹ ਬਾਂਟ ਦਿਓ ਆਪ 10 ਦਿਨ ਮੇਂ 15 ਦਿਨ ਮੇਂ। ਉਸਕੇ ਬਾਅਦ ਵੀ ਜ਼ਰੂਰਤ ਪੜੇ ਮੈਮ ਦੇਰ ਕਿਸੀ ਕੋ ਭੁੱਖਾ ਨਹੀਂ ਮਰਨੇ ਦਿੱਤੇ ਹਮ ਵਿਲ ਟਰਾਈ ਪੂਰੀ ਕੋਸ਼ਿਸ਼ ਕਰੇਂਗੇ ਜਾਂ ਜਬ ਤੱਕ ਇਹ ਪਰਮਾਤਮਾ ਨੇ ਵਿਪਤਾ ਡਾਲੀ ਹੋਈ ਹੈ ਇਸਕੋ ਵਿਦ ਦ ਹੈਲਪ ਆਫ ਮੀਡੀਆ ਪੁਲਿਸ ਐਂਡ ਐਡਮਿਨਿਸਟ੍ਰੇਸ਼ਨ ਵੀ ਹੈਵ ਟੂ ਕਵਰ। ਇੱਕ ਹੋਰ ਵੀ ਗੱਲ ਹੈ ਕਿ ਜਿੱਦਾਂ ਭੱਜੀ ਜੀ ਸਾਡੇ ਬਿਲਕੁਲ ਲਾਗੇ ਦੌਲਤਪੁਰੀ 'ਚ ਰਹਿੰਦੇ ਸੀਗੇ, ਉਹ ਵੀ ਕਾਫੀ ਸਲਮ ਏਰੀਆ ਹੈਗਾ, ਮਦਰਾਸੀ ਮੁਹੱਲਾ ਵੀ ਲਾਗੇ ਹੈਗਾ ਆ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਜਿੱਦਾਂ ਨਾ ਉਹਨਾਂ ਦਾ ਪਿਛੋਕੜ ਜਿਹਾ ਨੂੰ ਕਹਿ ਲਈਏ ਵੀ ਥੋੜ੍ਹਾ ਲੋ ਲੈਵਲ ਦੇ। ਜਿਸ ਚੀਜ਼ 'ਚ ਬੰਦਾ ਰਿਹਾ ਹੁੰਦਾ ਉਹਨੂੰ ਉਹਦਾ ਦਰਦ ਪਤਾ ਹੁੰਦਾ, ਉਹਦਾ ਦਰਦ ਪਤਾ ਹੁੰਦਾ, ਜਿਸ ਗੇਮ 'ਚ ਹੁੰਦਾ ਉਸ ਗੇਮ ਦੀ ਉਹਨੂੰ ਆਰਟ ਪਤਾ ਹੁੰਦਾ ਵਾ। ਇਸ ਲਈ ਕੈਪੇਬਿਲਿਟੀ ਤਾਂ ਜਿਸ ਬੰਦੇ ਦੀ ਫੀਲਡ 'ਚ ਜ਼ਿਆਦਾ ਬੰਦਾ ਰਹਿੰਦਾ, ਤੁਹਾਨੂੰ ਹੁਣ ਪ੍ਰੈਸ ਵਾਲਿਆਂ ਨੂੰ ਇਹਦੀ ਸਾਰੀ ਪਤਾ ਵਾ, ਸੋ ਉਹਨਾਂ ਨੂੰ ਇਸ ਲਈ ਜ਼ਿਆਦਾ ਹੀ ਇਜ਼ ਵੈਰੀ ਕਾਇੰਡ ਹਾਰਟਡ ਪਰਸਨ। ਉਹਨਾਂ ਨੂੰ ਇਹੀ ਸੀਗਾ ਕਿ ਗਰੀਬਾਂ ਦੀ ਮੈਂ ਕਿੱਦਾਂ ਹੈਲਪ ਇਸ ਵੇਲੇ ਕਰ ਸਕਦਾ। ਸਪੈਸ਼ਲੀ ਉੱਥੇ ਉਹਨਾਂ ਨੇ ਕਿਹਾ ਜੀ ਭਾਅ ਜੀ ਟੀਮ ਬਣਾਓ, ਟੀਮ ਬਣਾ ਕੇ ਤਾਂ ਪਲੀਜ਼ ਔਨ ਮਾਈ ਬਿਹਾਫ ਸਟਾਰਟ ਕਰ। ਕਿੱਦਾਂ ਏਰੀਆ ਕਿੱਦਾਂ ਚੂਜ਼ ਕਰਦੇ ਵੀ ਏਰੀਆ? ਜੀ ਤੁਸੀਂ ਜਿੱਥੇ ਵੀ ਕੀਤਾ ਤੁਸੀਂ ਦੇਖੀ ਪੂਅਰ ਏਰੀਆ ਕੀਤਾ ਸੀ। ਇਹ ਐਡਮਿਨਿਸਟ੍ਰੇਸ਼ਨ DCP ਮਿਸਟਰ ਸੈਣੀ ਹੈਗੇ ਆ, ਉਹਨਾਂ ਨੂੰ ਪੁੱਛ ਲਈਦਾ, ਉਹਨਾਂ ਨੇ ਬੜਾ ਵਧੀਆ ਨੈਟਵਰਕ ਲਾਇਆ ਹੋਇਆ। ਉਹ ਕਹਿੰਦੇ ਜੀ ਇਸ ਵੇਲੇ ਸਾਡੇ ਜਿਹੜਾ ਸੈਂਸਿਟਿਵ ਏਰੀਆ ਰਾਮਾ ਮੰਡੀ ਆ, ਪਹਿਲਾਂ ਦੌਲਤਪੁਰੀ ਸੰਤੋਸ਼ੀ ਮੁਹੱਲਾ ਏਕਤਾ ਨਗਰ ਇਹ ਸੀਗਾ, ਫਿਰ ਉਹ ਕਹਿੰਦੇ ਜੀ ਇਹ ਹੈਗਾ, ਹੁਣ ਇਹ ਕਰਤਾ। ਹੁਣ ਇਸ ਤੋਂ ਬਾਅਦ ਅਸੀਂ ਕਿਹਾ ਜੀ ਜਿੱਦਾਂ ਥਾਣਿਆਂ ਦੇ 'ਚ 2-4 ਬੰਦੇ 5 ਆ ਜਾਂਦੇ ਮੰਗਣ ਰਾਸ਼ਨ, ਅਤੇ ਉਹਨਾਂ ਨੇ ਕਹਿਤਾ ਜੀ 100-100 ਪੈਕਟ ਪਹੁੰਚਾ ਦਿਓ, ਅਸੀਂ 100-100 ਪੈਕਟ ਪਹੁੰਚਾ ਦੇਣਾ। ਕੱਲ੍ਹ ਜਾਂ ਮੋਸਟ ਪ੍ਰੋਬਲੀ ਪਰਸੋਂ 250 ਸਫਾਈ ਕਰਮਚਾਰੀ ਕਾਰਪੋਰੇਸ਼ਨ ਦੇ 'ਚ ਅਸੀਂ ਉਹਨਾਂ ਨੂੰ ਰਾਸ਼ਨ ਦੇਵਾਂਗੇ। ਸੋ ਵੀ ਆਰ ਡੂਇੰਗ ਲਾਈਕ ਦੈਟ। ਦੇਖੀਏ ਉਹ ਜੋ ਦੇਖੋ ਜੀ ਜੋ ਜਿਹੜੇ ਏਰੀਏ 'ਚ ਰਹਿੰਦੇ ਸੀਗੇ ਉੱਥੇ ਬਹੁਤ ਜ਼ਿਆਦਾ ਗਰੀਬ ਫੈਮਿਲੀਜ਼ ਰਹਿੰਦੀਆਂ ਹੈਗੀਆਂ, ਔਰ ਉਹਨਾਂ ਨੂੰ ਪਤਾ ਗਰੀਬੀ ਕਿੱਦਾਂ, ਉਹਨਾਂ ਨੇ ਦੇਖਿਆ ਸਾਰਾ ਕੁਛ, ਅਤੇ ਉਹ ਉਹਨਾਂ ਏਰੀਆ ਤੋਂ ਬਹੁਤ ਚੰਗੇ ਤਰੀਕੇ ਨਾਲ ਵਾਕਫ ਸੀਗੇ। ਔਰ ਕੁਛ ਲੋਕਾਂ ਨੇ ਵੀ ਸਾਨੂੰ ਅਪਰੋਚ ਕੀਤਾ ਸੀ ਉੱਥੇ ਦਿਆਂ ਨੇ ਕਿ ਬੜੀ ਮੰਦੀ ਹਾਲਤ ਚੱਲ ਰਹੀ ਹੈ ਔਰ ਪੈਸੇ ਕੋਈ ਕਮਾ ਨਹੀਂ ਰਿਹਾ, ਕਿਸੇ ਕੋਲ ਦੁਕਾਨਾਂ ਬੰਦ ਨੇ, ਰਾਸ਼ਨ ਹੈ ਨਹੀਂ ਹੈ, ਭੁੱਖੇ ਮਰ ਰਹੇ ਸੀ ਲੋਕ, ਅਤੇ ਇਸ ਕਰਕੇ ਉਹਨਾਂ ਨੂੰ ਅਸੀਂ ਗੱਲ ਕੀਤੀ ਸੀਗੀ ਕਿ ਕਰੀਏ ਕੁਛ। ਉਹਨਾਂ ਨੇ ਕਿਹਾ ਮੈਂ 500 ਫੈਮਿਲੀ ਦਾ ਕਿਹਾ ਸੀ ਉਹਨਾਂ ਨੂੰ ਕਿ 500 ਫੈਮਿਲੀ ਆ ਪੂਰੇ ਆਪਣੇ ਸਰਾਊਂਡਿੰਗ ਏਰੀਆ ਜਿਹੜਾ ਤਾਂ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀਗੇ, ਉਹ ਕਹਿੰਦੇ ਫਿਰ 500 ਫੈਮਿਲੀ ਨੂੰ ਨਹੀਂ ਕਰਨਾ, ਫਿਰ ਮੈਂ 5,000 ਫੈਮਿਲੀ ਨੂੰ ਕਰਨਾ ਔਰ ਪੂਰੇ ਜਲੰਧਰ ਦੇ ਵਿੱਚ ਕਰਨਾ, ਮੇਰੇ ਜਲੰਧਰ ਦੇ ਵਿੱਚ ਕੋਈ ਵੀ ਬੰਦਾ ਭੁੱਖਾ ਨਹੀਂ ਸੋਣਾ ਚਾਹੀਦਾ। ਇਸ ਕਰਕੇ ਬਹੁਤ ਵਧੀਆ ਲੱਗਾ ਜੀ ਉਹਨਾਂ ਨੇ ਸਾਨੂੰ ਇਹ ਸੇਵਾ ਲਈ ਲਾਇਆ, ਔਰ ਮਜ਼ਾ ਆ ਰਿਹਾ। ਅਸੀਂ ਪਹਿਲੇ 15 ਦਿਨ ਘਰ ਬੈਠੇ ਰਹੇ ਹਾਂ, ਆਪਣੇ ਆਪ ਨੂੰ ਬਚਾਉਂਦੇ ਰਹੇ ਹਾਂ, ਜੋ ਗਵਰਨਮੈਂਟ ਕਹਿੰਦੀ ਰਹੀ ਅਸੀਂ ਅੰਦਰ ਹੀ ਰਹੇ ਹਾਂ। ਸਾਨੂੰ ਵੀ ਪਤਾ ਇਹ ਭੁੱਖ ਕਿੱਦਾਂ ਦੀ ਚੀਜ਼ ਆ, ਜਦੋਂ ਸਮਾਨ ਨਹੀਂ ਮਿਲਦਾ, ਜਦੋਂ ਕੁਛ ਨਹੀਂ ਹੁੰਦਾ, ਅਸੀਂ ਸੋਰਸ ਲਗਾਉਂਦੇ ਹਾਂ, ਅਸੀਂ ਇਹ ਕਰਦੇ ਹਾਂ, ਸਾਨੂੰ ਘਰ ਪਹੁੰਚਾ ਦਿਓ, ਇਹ ਕਰ ਦਿਓ, ਉਹ ਕਰ ਦਿਓ। ਦੇਖੋ ਸਾਡੇ ਜਿੱਦਾਂ ਦੇ ਸਾਡੇ ਬੱਚੇ ਆ ਉੱਦਾਂ ਦੇ ਲੋਕਾਂ ਦੇ ਬੱਚੇ ਆ, ਔਰ ਜਿਹੜੇ ਗਰੀਬ ਬੰਦੇ ਆ ਜਿਹੜੇ ਸਵੇਰੇ ਦਿਹਾੜੀ ਕਰਕੇ ਸ਼ਾਮੀ ਜਾ ਕੇ ਖਾਂਦੇ ਆ, ਉਹਨਾਂ ਦੀ ਜਿਹੜੀ ਭੁੱਖ ਆ ਨਾ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਹੈਗੀ, ਉਹ ਦੇਖਣ ਵਾਲੀ ਨਹੀਂ ਹੈਗੀ। ਮਤਲਬ ਕਿ ਉਹ ਤਾਂ ਤੁਸੀਂ ਦੇਖਿਆ ਹਾਲ, ਅਸੀਂ ਆਉਂਦੇ ਹਾਂ ਲੋਕ ਇੱਦਾਂ ਚੜ੍ਹ ਜਾਂਦੇ ਉੱਪਰ, ਕਿਉਂਕਿ ਉਹ ਉਹਨਾਂ ਦੀ ਮਜਬੂਰੀ ਹੈ, ਸਿਸਟਮ ਜ਼ਰੂਰ ਉਹ ਕਰਨਾ ਚਾਹੁੰਦੇ ਫੋਲੋ, ਪਰ ਉਹਨਾਂ ਨੂੰ ਇਹ ਹੁੰਦਾ ਕਿ ਕਿਤੇ ਮੁੱਕ ਨਾ ਜਾਵੇ, ਕਿਤੇ ਆ ਨਾ ਹੋ ਜਾਏ ਯਾਰ ਮੈਂ ਰਹਿ ਨਾ ਜਾਵਾਂ, ਮੇਰੇ ਬੱਚੇ ਨਾ ਭੁੱਖੇ ਮਰ ਜਾਣ। ਇਸ ਕਰਕੇ ਅਸੀਂ ਇਹਨਾਂ ਨੂੰ ਹੋਰ ਵਿਸ਼ਵਾਸ ਦਵਾਇਆ ਕਿ ਜਿਹੜਾ ਬੱਚਾ ਰਹਿ ਜਾਂਦਾ, ਜਿਹੜਾ ਘਰ ਰਹਿ ਜਾਂਦਾ ਵਾ, ਅਸੀਂ ਉਹ ਥਾਣੇ ਦੇ ਵਿੱਚ 100-100 ਪੈਕ ਰਖਾ ਰਹੇ ਹਾਂ ਕਿ ਉਹ ਉੱਥੇ ਜਾ ਕੇ ਲੈ ਸਕਦਾ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।